ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਸੋ ਅੱਜ ਦੀ ਵੀਡੀਓ ਜਿਹੜੀ ਬੜੀ ਇੰਪੋਰਟੈਂਟ ਹੈ, ਜਿਵੇਂ ਕਿ ਤੁਸੀਂ ਥੰਬਨੇਲ ਦੇ ਵਿੱਚ ਦੇਖ ਹੀ ਲਿਆ ਹੋਏਗਾ, ਇੱਕ ਬ੍ਰੇਕਿੰਗ ਨਿਊਜ਼ ਹੈ ਪੀਐਸ ਟੈਟ ਦੇ ਨਾਲ ਸੰਬੰਧਿਤ। ਜਿਹੜੀ ਇੱਕ ਉਮੀਦ ਦੀ ਜਿਹੜੀ ਕਿਰਨ ਇੱਕ ਜਾਗੀ ਆ ਬੜੇ ਬੱਚਿਆਂ ਦੀ, ਜਿਹੜੀ ਕਾਫੀ ਟਾਈਮ ਤੋਂ ਮੈਸੇਜ ਆ ਰਹੇ ਸੀ ਬੱਚਿਆਂ ਦੇ ਕਿ ਕਦੋਂ ਜਿਹੜਾ ਪੀਐਸ ਟੈਟ ਦਾ ਇਗਜ਼ਾਮ ਹੋਏਗਾ, ਮਾਸਟਰ ਕੇਡਰ ਤੋਂ ਪਹਿਲਾਂ ਹੋਏਗਾ ਜਾਂ ਬਾਅਦ 'ਚ ਹੋਏਗਾ। ਸੋ ਉਸ ਸੰਬੰਧੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਪੀਐਸ ਟੈਟ ਯੂਨੀਅਨ ਹੈ ਉਹ ਲਗਾਤਾਰ ਜਿਹੜੇ ਹੈ ਉਹ ਸੰਘਰਸ਼ ਜਿਹੜੇ ਉਹ ਕਰਦੇ ਰਹਿੰਦੇ ਆ, ਉਹ ਮੀਟਿੰਗ ਲਈ ਜਿਹੜਾ ਆ ਆਪਣੀ ਸਰਕਾਰ ਦੇ ਨਾਲ ਜਾਂ ਸਿੱਖਿਆ ਮੰਤਰੀ ਦੇ ਨਾਲ ਉਹ ਮੀਟਿੰਗ ਲਈ ਜਿਹੜਾ ਸੰਘਰਸ਼ ਕਰਦੇ ਨੇ ਤਾਂ ਕਿ ਸਾਡੀ ਅਸੀਂ ਜਿਹੜੀ ਆਪਣੀ ਗੱਲਬਾਤ ਜਿਹੜੀ ਉਹ ਰੱਖ ਸਕੇ। ਸੋ ਉਸਦਾ ਜਿਹੜਾ ਨਤੀਜਾ ਨਿਕਲਿਆ ਹੈ ਕਿ ਇਹਨਾਂ ਨੇ ਜਿਹੜਾ ਆ ਮੀਟਿੰਗ ਦੇ ਸੰਬੰਧਿਤ ਇੱਕ ਜਿਹੜੀ ਇਹ ਗੱਲ ਹੋਈ ਹੈ ਜਿਹਦੇ ਵਿੱਚ ਇਹਨਾਂ ਨੇ ਆਪਣੀ ਕੁਝ ਜਿਹੜੀਆਂ ਚੀਜ਼ਾਂ ਦੀ ਮੰਗ ਰੱਖੀ ਹੈ। ਸੋ ਮੈਂ ਉਹ ਵੀ ਦੱਸਾਂਗਾ ਕਿ ਉਹ ਕੀ ਮੰਗ ਹੈ। ਉਸ ਤੋਂ ਪਹਿਲਾਂ ਤੁਸੀਂ ਇਹ ਦੇਖ ਸਕਦੇ ਹਾਂ ਕਿ ਜਿਹੜੀ ਇਹ ਲੈਟਰ ਹੈ ਇਹ 18/7/24 ਦੀ ਹੈ, ਜਿਹਦੇ ਵਿੱਚ ਲਿਖਿਆ ਹੈ ਕਿ ਵਿਸ਼ਾ ਕੀ ਆ ਮੀਟਿੰਗ ਕਰਵਾਉਣ ਸੰਬੰਧੀ ਉਪਰੋਕਤ ਵਿਸ਼ੇ ਸੰਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੀਆਂ ਮੰਗਾਂ ਸੰਬੰਧੀ ਮੀਟਿੰਗ ਮਾਨਯੋਗ ਸਿੱਖਿਆ ਮੰਤਰੀ ਜੀ ਦੇ ਨਾਲ 5/8/24। ਦੇਖੋ ਜੀ 5 ਅਗਸਤ 2024 ਨੂੰ ਸਵੇਰੇ 11 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਨਿਸ਼ਚਿਤ ਕੀਤੀ ਗਈ ਹੈ। ਨਿਸ਼ਚਿਤ ਮਿਤੀ ਨੂੰ 1 ਘੰਟਾ ਪਹਿਲਾਂ ਪਹੁੰਚਣਾ ਯਕੀਨੀ ਬਣਾਇਆ ਜਾਵੇ ਕਿਉਂਕਿ ਪਾਸ ਕਰਾਉਣ ਦੀ ਪ੍ਰਕਿਰਿਆ ਨੂੰ ਜਿਹੜਾ ਆ ਪਾਸ ਬਣਾਉਣ ਦੀ ਪ੍ਰਕਿਰਿਆ ਨੂੰ ਜਿਹੜਾ ਸਮਾਂ ਲੱਗ ਸਕਦਾ, ਠੀਕ ਹੈ ਜੀ। ਸੋ ਜਿਹੜੀ ਇਹ ਡੇਟ ਜਿਹੜੀ ਮਿਲੀ ਹੈ ਮੀਟਿੰਗ ਲਈ ਉਹ 5 ਅਗਸਤ ਮਿਲੀ ਹੈ, ਥੋੜ੍ਹੀ ਡੇਟ ਅਜੇ ਦੂਰ ਹੈ, ਪਰ ਆਪਾਂ ਇਸ ਨੂੰ ਇੱਕ ਉਮੀਦ ਦੀ ਕਿਰਨ ਕਹਿ ਸਕਦੇ ਹਾਂ ਕਿ ਉਸ ਮੀਟਿੰਗ ਦੇ ਵਿੱਚ ਕੁਝ ਨਾ ਕੁਝ ਜਿਹੜਾ ਡਿਸੀਜ਼ਨ ਹੈ ਉਹ ਸਾਨੂੰ ਜਿਹੜਾ ਹੈ ਮਿਲ ਸਕਦਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 26 ਮਈ ਨੂੰ ਪੇਪਰ ਹੋਣ ਬਾਰੇ ਜਿਹੜਾ ਇਹਨਾਂ ਨੇ ਕਿਹਾ ਸੀ, ਪਰ ਉਸ ਤੋਂ ਬਾਅਦ ਜਿਹੜਾ ਆ ਕੁਛ ਵੀ ਸਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਇਆ। ਸੋ 5 ਅਗਸਤ ਨੂੰ ਜਿਹੜੀ ਮੀਟਿੰਗ ਉਹ ਹੋਣੀ ਉਹ ਜਿਹੜੀ ਤੈਅ ਹੋਈ ਹੈ, ਔਰ ਉਸ ਮੀਟਿੰਗ ਦੇ ਵਿੱਚ ਜੋ ਗੱਲਾਂ ਜਿਹਨਾਂ ਵਾਲੀ ਮੰਗ ਜਿਹੜੀ ਰੱਖੀ ਗਈ ਹੈ ਪੀ ਐੱਸ ਟੈਟ ਯੂਨੀਅਨ ਵੱਲੋਂ, ਉਹ ਤੁਸੀਂ ਇਹ ਦੇਖ ਸਕਦੇ ਹਾਂ ਜਿਹਦੇ ਵਿੱਚ ਉਹਨਾਂ ਨੇ ਪਹਿਲੀ ਮੰਗ ਇਹ ਰੱਖੀ ਹੈ ਕਿ ਪੀ ਐੱਸ ਟੈਟ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ। ਪੀ ਐੱਸ ਟੈਟ ਦਾ ਪੇਪਰ ਪੋਸਟਾਂ ਤੋਂ ਪਹਿਲਾਂ ਮਤਲਬ ਜੋ ਮਾਸਟਰ ਕੈਡਰ ਦੀਆਂ ਪੋਸਟਾਂ ਉਹ ਤੋਂ ਪਹਿਲਾਂ ਜਿਹੜਾ ਇਹਦਾ ਪੇਪਰ ਲਿਆ ਜਾਵੇ। ਤੀਸਰਾ ਹੈ ਕਿ ਪੀ ਐੱਸ ਟੈਟ ਦਾ ਪੇਪਰ ਦਿੱਤੇ ਗਏ ਸਿਲੇਬਸ ਅਨੁਸਾਰ ਲਿਆ ਜਾਵੇ। ਅਤੇ ਅਗਲਾ ਹੈਗਾ ਜੀ ਬਾਕੀ ਪੋਸਟਾਂ ਦੀ ਤਰ੍ਹਾਂ ਪੀ ਐੱਸ ਟੈਟ ਦਾ ਵੀ ਕੈਲੰਡਰ ਜਾਰੀ ਕੀਤਾ ਜਾਵੇ। ਅਤੇ ਪੰਜਵਾਂ ਹੈਗਾ ਜੀ ਪੀ ਐੱਸ ਟੈਟ ਦਾ ਪੇਪਰ ਜਾਰੀ ਕੀਤੇ ਗਏ ਸਿਲੇਬਸ ਅਨੁਸਾਰ ਲਿਆ ਜਾਵੇ। ਪੰਜਾਬ ਸਰਕਾਰ ਤੋਂ ਉਮੀਦ ਹੈ ਕਿ ਤੁਸੀਂ ਸਾਡੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਹੱਲ ਜ਼ਰੂਰ ਕਰੋਗੇ। ਧੰਨਵਾਦ ਸਾਹਿਤ ਪੀ ਐੱਸ ਟੈਟ ਯੂਨੀਅਨ ਪੰਜਾਬ। ਸੋ ਇਹ ਜਿਹੜੀਆਂ 5 ਮੰਗਾਂ ਉਹਨਾਂ ਨੇ ਜਿਹੜੀਆਂ ਰੱਖੀਆਂ, ਜਿਸ ਦੇ ਬਾਰੇ ਇਹਨਾਂ ਨੇ ਜਿਹੜਾ ਆ 5 ਅਗਸਤ ਨੂੰ ਜਿਹੜਾ ਇਹਨਾਂ ਨੇ 2024 ਅਗਲੇ ਮਹੀਨੇ ਜਿਹੜੀ ਮੀਟਿੰਗ ਜਿਹੜੀ ਹੈ ਤੈਅ ਹੋਈ ਹੈ, ਜਿਸ ਵਿੱਚ ਇਸ ਬਾਰੇ ਜਿਹੜੀਆਂ ਉਹ ਗੱਲ ਜ਼ਰੂਰ ਕਰਨਗੇ। ਸੋ ਹੋਪ ਕਿ ਜਿਹੜਾ ਜਲਦੀ ਤੋਂ ਜਲਦੀ ਪੇਪਰ ਜਿਹੜਾ ਆ ਉਸ ਬਾਰੇ ਸਾਨੂੰ ਕੋਈ ਨਾ ਕੋਈ ਜਿਹੜੀ ਨੌਲੇਜ ਮਿਲ ਜਾਵੇ, ਕਿਉਂਕਿ ਬੱਚੇ ਜਿਹੜੇ ਆ ਉਹ ਨੋਟੀਫਿਕੇਸ਼ਨਾਂ 'ਤੇ ਬਹੁਤ ਜ਼ਿਆਦਾ ਡਿਪੈਂਡ ਰਹਿੰਦੇ ਨੇ। ਜਦੋਂ ਤੱਕ ਨੋਟੀਫਿਕੇਸ਼ਨ ਨਹੀਂ ਆਉਂਦਾ ਉਹ ਤਿਆਰੀ ਨਹੀਂ ਕਰਦੇ। ਸੋ ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਕਿ ਜਿਵੇਂ ਵੀ ਤੁਸੀਂ ਜਿਸ ਪੇਪਰ ਦੀ ਤਿਆਰੀ ਕਰ ਰਹੇ ਹੋ ਉਸ ਤਿਆਰੀ ਨੂੰ ਜਿਹੜਾ ਉਹ ਕੰਟੀਨਿਊ ਰੱਖੋ, ਉਸਨੂੰ ਜਿਹੜੀ ਆਪਣੀ ਤਿਆਰੀ ਨੂੰ ਜਿਹੜੇ ਛੱਡੋ ਨਾ। ਸੋ ਕਿਸੇ ਵੇਲੇ ਵੀ ਕਿਸੇ ਪੋਸਟ ਦਾ ਨੋਟੀਫਿਕੇਸ਼ਨ ਆ ਸਕਦਾ, ਸਾਨੂੰ ਕੁਛ ਨਹੀਂ ਪਤਾ। ਸੋ
ਆਪਣੀ ਜਿਹੜੀ ਉਹ ਤਿਆਰੀ ਜਿਹੜੀ ਉਸ ਨੂੰ ਜਾਰੀ ਰੱਖੋ। ਸੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਜਿਹੜੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਉਸ ਬਾਰੇ ਇਨਫੋਰਮੇਸ਼ਨ ਜਿਹੜੀ ਹੈ ਮਿਲ ਸਕੇ। ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।